ਪੰਜਾਬੀ ਸਾਹਿਤ ਦੀ ਉੱਗੀ ਨਾਵਲਕਾਰ ਤੇ ਕਹਾਣੀਕਾਰ ਡਾਕਟਰ ਦਲੀਪ ਕੌਰ ਟਿਵਾਣਾ ਦਾ 31 ਜਨਵਰੀ 2020 ਨੂੰ ਦੇਹਾਂਤ ਹੋ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਮੋਹਾਲੀ ਦੇ ਮੈਕਸ ਹਸਪਤਾਲ ਵਿੱਚ ਦਾਖਲ ਸਨ ਤੇ ਸ਼ੁੱਕਰਵਾਰ ਨੂੰ 4:30 ਤੇ ਉਹਨਾਂ ਨੇ ਆਖਰੀ ਸਾਹ ਲਿੱਤਾ। ਡਾਕਟਰ ਦਲੀਪ ਕੌਰ ਟਿਵਾਣਾ ਦਾ ਜਨਮ 4 ਮਈ 1935 ਨੂੰ ਪਿੰਡ ਰੋਬੋ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। ਪੰਜਾਬ ਯੂਨੀਵਰਸਿਟੀ ਵਿੱਚ ਉਹਨਾਂ ਨੇ ਐੱਮ ਏ ਪੰਜਾਬੀ ਦੀ ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀ ਐੱਚ ਡੀ ਕਰਨ ਵਾਲੀ ਉਹ ਪਹਿਲੀ ਔਰਤ ਸਨ। ਉਹਨਾਂ ਨੇ ਉਸ ਸਮਾਜ ਵਿੱਚ ਰਹਿੰਦਿਆਂ ਜਦੋਂ ਔਰਤ ਨੂੰ ਮਰਦ ਦੇ ਬਰਾਬਰ ਨਹੀਂ ਸਮਝਿਆ ਜਾਂਦਾ ਸੀ ਆਪਣੀ ਪਹਿਚਾਣ ਇੱਕ ਲੇਖਿਕਾ ਅਤੇ ਕਹਾਣੀਕਾਰ ਵਜੋਂ ਬਣਾਈ। 1967 ਵਿੱਚ ਉਹਨਾਂ ਨੇ ਅਗਨੀ ਪ੍ਰੀਖਿਆ ਨਾਵਲ ਲਿਖਿਆ। 1971 ਵਿੱਚ ਇਹੋ ਹਮਾਰਾ ਜੀਵਨਾ ਸਾਹਿਤ ਅਕਾਦਮੀ ਵਿੱਚ ਅਵਾਰਡ ਵੀ ਮਿਲਿਆ। ਮੇਰੀ ਰਚਨਾ ਨਾਲ ਮੇਰਾ ਰਿਸ਼ਤਾ ਜਿਹੜਾ ਉਹ ਇਸ ਤਰ੍ਹਾਂ ਜਿਵੇਂ ਮਾਂ ਦਾ ਬੱਚਿਆਂ ਨਾਲ ਹੁੰਦਾ। ਇਸ ਤੋਂ ਬਾਅਦ ਡਾਕਟਰ ਦਲੀਪ ਕੌਰ ਟਿਵਾਣਾ ਨੇ ਵਾਟ ਹਮਾਰੀ, ਤੀਲੀ ਦੀ ਨਿਸ਼ਾਨ, ਸੂਰਜ ਤੇ ਸਮੁੰਦਰ, ਧੁੱਪ ਤੇ ਰੁੱਖ, ਪੀਲੇ ਪੱਤਿਆਂ ਦੀ ਦਾਸਤਾਂ, ਨੰਗੇ ਪੈਰਾਂ ਦਾ ਸਫ਼ਰ, ਸਹਿਜੀਵਨੀ 40 ਦੇ ਕਰੀਬ ਉਹਨਾਂ ਨੇ ਨਾਵਲ ਪੰਜਾਬੀ ਸਾਹਿਤ ਨੂੰ ਦਿੱਤੇ। ਇਸ ਤੋਂ ਇਲਾਵਾ 6 ਕਹਾਣੀਆਂ, ਸੰਗ੍ਰਹਿ ਸਾਧਨਾ, ਯਾਤਰਾ, ਕਿਸ ਦੀ ਧੀ, ਇੱਕ ਕੁੜੀ, ਤੇਰਾ ਮੇਰਾ ਕਮਰਾ ਪੰਜਾਬੀ, ਹਿੰਦੀ, ਉਰਦੂ ਵਿੱਚ ਵੀ ਲਿਖੇ ਹਨ। ਡਾਕਟਰ ਦਲੀਪ ਕੌਰ ਟਿਵਾਣਾ ਨੂੰ ਸਾਹਿਤ ਅਕਾਦਮੀ ਅਤੇ ਸਰਸਵਤੀ ਸਨਮਾਨ ਵੀ ਮਿਲਿਆ। ਉਹਨਾਂ ਦੀ ਰਚਨਾ 'ਤੇ, ਸਮਾਜ ਵਿੱਚ ਹੋ ਰਹੀਆਂ ਘਟਨਾਵਾਂ ਅਤੇ ਗਰੀਬਾਂ ਦੇ ਹੱਕ ਵਿੱਚ ਵਧੀਆ ਲਿਖਣ 'ਤੇ ਉਹਨਾਂ ਨੂੰ ਪੰਜਾਬ ਸਰਕਾਰ ਦੁਆਰਾ ਪਦਮ ਸ਼੍ਰੀ ਪੁਰਸਕਾਰ ਵੀ ਸਨਮਾਨਿਆ ਗਿਆ। ਜੋ ਮੇਰੇ ਮਨ 'ਚ ਆਇਆ ਉਹ ਮੈਂ ਇੱਕ ਨਾਵਲ ਦਾ ਰੂਪ ਹੀ ਸਮਝੋ, ਉਹ ਪਹਿਲਾ ਹਿੱਸਾ ਉਹਦਾ ਮੈਂ ਲਿਖਿਆ ਕਥਾ ਕਾਲੇ ਕੋਹਾਂ ਦੀ। ਦੋ ਵਿੱਚ ਸਮਾਜ ਵਿੱਚ ਹੋ ਰਹੇ ਹਿੰਦੂ ਮੁਸਲਮਾਨਾਂ ਦੇ ਪੱਖਪਾਤ ਨੂੰ ਲੈ ਕੇ ਡਾਕਟਰ ਦਲੀਪ ਕੌਰ ਟਿਵਾਣਾ ਨੇ ਆਪਣਾ ਪਦਮ ਸ਼੍ਰੀ ਪੁਰਸਕਾਰ ਸਰਕਾਰ ਨੂੰ ਵਾਪਸ ਕਰਨ ਦਾ ਵੀ ਐਲਾਨ ਕੀਤਾ ਸੀ। ਜੇ ਉਹਨਾਂ ਦੀ ਕਹਾਣੀ ਜਾਂ ਨਾਵਲਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣੀ ਰਚਨਾ ਰਾਹੀਂ ਪੇਂਡੂ ਅਤੇ ਦਬਕੇ ਹੋਏ ਲੋਕਾਂ ਬਾਰੇ ਲਿਖਿਆ, ਸਮਾਜ ਦੀ ਔਰਤ ਬਾਰੇ ਵੀ ਲਿਖਿਆ। ਉਹਨਾਂ ਦਾ ਸਾਹਿਤ ਨੂੰ ਇਹ ਦੇਣ ਸਦੀਆਂ ਤੱਕ ਯਾਦ ਰੱਖਿਆ ਜਾਵੇਗਾ। ਚਾਹੇ ਡਾਕਟਰ ਦਲੀਪ ਕੌਰ ਟਿਵਾਣਾ ਸਾਡੇ ਵਿੱਚ ਨਹੀਂ ਰਹੇ, ਪਰ ਉਹ ਆਪਣੀ ਕਹਾਣੀਆਂ, ਨਾਵਲਾਂ ਦੇ ਰਾਹੀਂ ਹਮੇਸ਼ਾ ਸਾਡੇ ਅੰਦਰ ਅਮਰ ਰਹਿਣਗੇ। ਉਹਨਾਂ ਦਾ ਦੇਹਾਂਤ ਪੰਜਾਬੀ ਸਾਹਿਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਕਹਿਣ ਪੰਜਾਬ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦਾ ਹੈ।